ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਤੇ, ਮੈਂ ਕਮਲਦੀਪ ਸਿੰਘ। ਫਾਈਨਲੀ ਦੂਰਬੀਨ ਰਿਲੀਜ਼ ਹੋ ਚੁੱਕੀ ਹੈ ਅਤੇ ਕਾਫੀ ਅੱਛਾ ਰਿਸਪੌਂਸ ਮਿਲ ਰਿਹਾ ਇਸ ਫਿਲਮ ਨੂੰ ਆਡੀਅੰਸ ਵੱਲੋਂ। ਅਤੇ ਅਸੀਂ ਪਹੁੰਚੇ ਹੋਏ ਹਾਂ ਜੀ ਵੀ ਆਰ ਪੰਜਾਬ ਮਾਲ ਮੋਹਾਲੀ ਵਿਖੇ, ਜਿੱਥੇ ਆ ਇਸ ਫਿਲਮ ਦੀ ਸਕਰੀਨਿੰਗ। ਸਾਰੀ ਸਟਾਰਕਾਸਟ ਪਹੁੰਚ ਰਹੀ ਹੈ, ਆਪਾਂ ਉਹਨਾਂ ਦੇ ਨਾਲ ਦੇਖਣੀ ਆ ਫਿਲਮ ਅਤੇ ਦੱਸਾਂਗੇ ਤੁਹਾਨੂੰ ਕੀ ਹੋਇਆ ਸਕਰੀਨਿੰਗ ਉੱਪਰ, ਕੌਣ ਕੌਣ ਕਾਸਟ ਵਿੱਚ ਆਇਆ ਅਤੇ ਨਾਲ ਕੌਣ ਕੌਣ ਸੈਲੀਬ੍ਰਿਟੀਜ਼ ਆਈਆਂ ਇਸ ਫਿਲਮ ਨੂੰ ਦੇਖਣ ਲਈ। ਸੈਲੀਬ੍ਰਿਟੀਜ਼ ਆ ਰਹੀਆਂ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਤੇ ਤੁਹਾਨੂੰ ਵੀ ਸਾਰਿਆਂ ਨੂੰ ਅਪੀਲ ਹੈ ਕਿ ਇਸ ਫਿਲਮ ਨੂੰ ਤੁਸੀਂ ਜ਼ਰੂਰ ਦੇਖੋ, ਕਿਉਂਕਿ ਖਾਸ ਗੱਲ ਇਹ ਹੈ ਕਿ ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਪ੍ਰੋਡਿਊਸਰਸ ਨੇ ਇੱਕ ਬਹੁਤ ਵਧੀਆ ਸਟੇਟਮੈਂਟ ਦਿੱਤੀ ਸੀ, ਇੱਕ ਬਹੁਤ ਵਧੀਆ ਅਨਾਊਂਸਮੈਂਟ ਕੀਤੀ ਸੀ ਕਿ ਇਸ ਫਿਲਮ ਦਾ ਜਿੰਨਾ ਵੀ ਪ੍ਰੋਫਿਟ ਹੋਊਗਾ ਉਹਦਾ 20% ਪੰਜਾਬ ਦੇ ਵਿੱਚ ਪਿਛਲੇ ਦਿਨੀ ਜਿਹੜੇ ਹੜ੍ਹ ਆਏ ਸੀਗੇ ਉਹਨਾਂ ਦੇ ਪੀੜਤਾਂ ਨੂੰ ਦਿੱਤਾ ਜਾਊਗਾ। ਅਤੇ ਜੇ ਆਪਾਂ ਫਿਲਮ ਦੇਖਦੇ ਹਾਂ ਤਾਂ ਉਹਦੇ ਨਾਲ ਨਾਲ ਆਪਾਂ ਚੈਰਿਟੀ ਵੀ ਕਰ ਰਹੇ ਹਾਂ, ਇਸ ਕਰਕੇ ਤੁਹਾਡੀ ਟਿਕਟ ਦਾ 20% ਚੈਰਿਟੀ ਲਈ ਜਾਣਾ ਹੈ। ਇਹ ਵੀ ਸੋਚ ਜ਼ਰੂਰ ਰੱਖਿਓ, ਬਟ ਇਹ ਫਿਲਮ ਵੀ ਬਹੁਤ ਸੋਹਣੀ ਹੈ, ਜਿੱਦਾਂ ਕਿ ਤੁਸੀਂ ਰਿਵਿਊ ਸਵੇਰੇ ਸੁਣੇ ਹੀ ਆ। ਅਤੇ ਤੁਸੀਂ ਜ਼ਰੂਰ ਪਹੁੰਚੋ ਇਸ ਫਿਲਮ ਨੂੰ ਦੇਖਣ ਦੇ ਲਈ। ਅਤੇ ਸਕਰੀਨਿੰਗ ਦੇ ਉੱਪਰ ਸਾਡੇ ਕੋਲ PCR ਵਾਲੇ ਗੁਰਜਸ ਬਾਈ ਪਹੁੰਚ ਚੁੱਕੇ ਆ। ਭਾਜੀ ਬਹੁਤ ਬਹੁਤ ਸਵਾਗਤ ਆ ਪਹਿਲਾਂ ਸਕਰੀਨਿੰਗ। ਥੈਂਕ ਯੂ ਸੋ ਮਚ ਬਾਈ, ਥੈਂਕ ਯੂ ਸੋ ਮਚ। ਭਾਜੀ ਕਿਹੜੀ ਚੀਜ਼ ਖਿੱਚ ਲਈ ਤੈਨੂੰ ਦੂਰਬੀਨ ਦੀ ਸਕਰੀਨਿੰਗ 'ਤੇ? ਸਭ ਤੋਂ ਪਹਿਲਾਂ ਸਾਡੇ ਭਰਾ ਖਿੱਚ ਲਏ ਨਿੰਜੇ ਬਾਈ, ਉਹਨਾਂ ਨਾਲ 3-4 ਦਿਨ ਹੋ ਗਏ ਪ੍ਰਮੋਸ਼ਨ 'ਤੇ ਲੱਗੇ ਹੋਏ ਸੀਗੇ। ਅਤੇ ਟ੍ਰੇਲਰ ਬਹੁਤ ਘੈਂਟ ਆ ਫਿਲਮ ਦਾ, ਇੱਕ ਵਾਰ ਜ਼ਰੂਰ ਦੇਖ ਕੇ ਆਇਓ। ਮੈਂ ਤਾਂ ਆ ਗਿਆ, ਬਾਕੀ ਦੇਖ ਕੇ ਮੈਂ ਓਨੈਸਟ ਰਿਵਿਊ ਦਊਂਗਾ ਤੁਹਾਨੂੰ ਸਾਰਿਆਂ ਨੂੰ ਬਾਹਰ ਆ ਕੇ। ਠੀਕ ਹੈ ਵੀਰੇ, ਥੈਂਕ ਯੂ ਸੋ ਮਚ। ਰੈਡੀ ਜੀ? ਅਤੇ ਪਟਾਕੇ ਪਾਉਣ ਵਾਲੇ ਗੈਗ ਸਟੂਡੀਓ ਬਾਈ ਵੀ ਸਾਡੇ ਕੋਲ ਹੈ। ਅਤੇ ਭਾਅ ਦਾ ਟਾਈਟਲ ਟਰੈਕ ਇਸ ਫਿਲਮ ਦੇ ਵਿੱਚ ਭਾਅ, ਬਹੁਤ ਬਹੁਤ ਮੁਬਾਰਕਾਂ ਵੱਲੋਂ ਤੁਹਾਡੀ ਫਿਲਮ ਰਿਲੀਜ਼ ਹੋ ਚੁੱਕੀ ਹੈ। ਅਤੇ ਸਕਰੀਨਿੰਗ 'ਤੇ ਪਹੁੰਚਿਆ ਕਿਹੋ ਜਿਹਾ ਲੱਗ ਰਿਹਾ ਜਦੋਂ ਆਪਣੀ ਫਿਲਮ ਦੇ ਵਿੱਚ ਪਹੁੰਚੇ ਬੰਦਾ ਸਕਰੀਨਿੰਗ? ਪਹਿਲੀ ਗੱਲ ਤਾਂ ਇਹ ਹੈ ਕਿ ਮੇਰੇ ਛੋਟੇ ਭਰਾ ਦੀ ਮੂਵੀ ਹੈ ਨਿੰਜਾ, ਮਤਲਬ ਮੇਰੇ ਲਈ ਛੋਟਾ ਭਰਾ ਮੇਰਾ, ਅਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਨਾ ਮੇਰੇ ਭਰਾ ਦੀ ਮੂਵੀ ਆ ਰਹੀ ਹੈ। ਇੱਕ ਅਸੀਂ ਛੋਟਾ ਭਰਾ ਕਹਿ ਦਿੱਤਾ ਸੀ, ਵੱਡਾ ਸਮਝ ਰਹੇ ਸੀਗੇ ਤੁਸੀਂ ਆਪਣਾ ਵੱਡਾ ਕਰ? ਨਹੀਂ, ਉਹ ਮੇਰੇ ਤੋਂ ਛੋਟਾ ਹੀ ਹੈ, 7-8 ਸਾਲ ਛੋਟਾ ਮੇਰੇ ਤੋਂ। ਹਾਂਜੀ, ਅਤੇ ਖੁਸ਼ੀ ਹੈ ਮੈਨੂੰ, ਗੁੱਡ ਲੱਕ ਆ ਪੂਰੀ ਟੀਮ ਨੂੰ, ਦੇਖਦੇ ਹਾਂ ਬਾਕੀ ਮਾਲਕ ਦੇ ਹੱਥ ਡੋਰੀਆਂ। ਟਾਈਟਲ ਟਰੈਕ ਨੂੰ ਕਿੰਨਾ ਕੁ ਪਿਆਰ ਮਿਲਿਆ, ਜਿੰਨੀ ਐਕਸਪੈਕਟੇਸ਼ਨ ਸੀ? ਬਹੁਤ ਮਿਲਿਆ, ਬਹੁਤ ਮਿਲਿਆ। ਉਹਦੇ ਮਿਹਨਤ ਵੀ ਬੜੀ ਕੀਤੀ ਮੈਂ, ਫਤਿਹ ਬਾਈ ਨੇ ਲਿਖਿਆ ਬਹੁਤ ਸੋਹਣਾ ਅਤੇ ਨਿੰਜੇ ਨੇ ਗਾਇਆ ਬਹੁਤ ਸੋਹਣਾ, ਬਹੁਤ ਕਮਾਲ ਦਾ। ਔਰ ਉਨਾ ਹੀ ਸਭ ਤੋਂ ਵਧੀਆ ਤੁਹਾਨੂੰ ਵੇਖਣ ਨੂੰ ਚੀਜ਼ ਮਿਲੂਗੀ ਇਹਦੇ ਵਿੱਚ, ਯੋਗਰਾਜ ਸਿੰਘ ਜੀ ਨੇ ਡਾਂਸ ਕੀਤਾ, ਪਹਿਲੀ ਵਾਰੀ ਭੰਗੜਾ ਪਾਇਆ ਕਿਸੇ ਗਾਣੇ 'ਚ ਯੋਗਰਾਜ ਸਿੰਘ ਤੁਹਾਡਾ ਗਾਣਾ ਜੀ? ਹਾਂਜੀ, ਇਤਿਹਾਸ 'ਚ ਇਹ ਵੀ ਗੱਲ ਸੁਣੀ, ਅੱਖਰਾਂ ਲਿਖੀ ਜਾਊਗੀ ਯੋਗਰਾਜ ਸਿੰਘ ਜੀ ਨੇ ਕੀਤਾ ਡਾਂਸ ਗੈਗ ਸਟੂਡੀਓ ਦੇ ਗਾਣੇ 'ਤੇ। ਥੈਂਕ ਯੂ ਬਾਈ ਜੀ, ਥੈਂਕ ਯੂ। ਓਕੇ ਵੀਰੇ, ਥੈਂਕ ਯੂ, ਆਪਾਂ ਮੂਵੀ ਇੰਜੋਏ ਕਰਦੇ। ਥੈਂਕ ਯੂ। ਗੁੱਡ। ਅਤੇ ਘੈਂਟ ਘੈਂਟ ਬੰਦੇ ਸਕਰੀਨਿੰਗ 'ਤੇ ਪਹੁੰਚ ਰਹੇ ਆ, ਤਾਂ ਸਭ ਤੋਂ ਘੈਂਟ ਬੰਦੇ ਫਿਲਮ ਦੇ ਸਾਡੇ ਨਾਲ ਆ ਭਾਜੀ ਘੈਂਟ ਸਾਹਿਬ, ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਸੁਣਾਓ, ਠੀਕ ਠਾਕ ਹੋ? ਬਹੁਤ ਵਧੀਆ। ਕਿਵੇਂ ਲੱਗ ਰਿਹਾ ਮੂਵੀ ਰਿਲੀਜ਼ ਹੋ ਗਈ ਫਾਈਨਲੀ ਅੱਜ? ਲੱਗ ਤਾਂ ਇਹ ਰਿਹਾ ਜੀ, ਜਿਵੇਂ ਮਤਲਬ ਵੀ ਕੋਈ ਵੱਖਰਾ ਹੀ ਦਿਨ ਚੜ੍ਹਿਆ ਹੁੰਦਾ ਸਾਡੇ ਵਾਸਤੇ, ਐਕਸਾਈਟਮੈਂਟ ਬਹੁਤ ਜ਼ਿਆਦਾ ਕਿ ਇਸ ਕਰਕੇ ਕਿਉਂਕਿ ਇਸ ਫਿਲਮ ਨੂੰ ਬਣਾਉਣ ਵਾਸਤੇ ਮਿਹਨਤ ਬਹੁਤ ਕੀਤੀ ਹੈ ਸਾਰੀ ਟੀਮ ਨੇ। ਅਤੇ ਮੈਂ ਤਾਂ ਕਹੂੰਗਾ ਵੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ, ਕਿਉਂਕਿ ਸਪੋਰਟ ਬੁਆਏ ਤੋਂ ਲੈ ਕੇ ਸਾਡੇ ਪ੍ਰੋਡਿਊਸਰ ਸਾਹਿਬ ਤੱਕ ਇੱਕ ਟੀਮ ਸੀ, ਇੱਕ ਪਰਿਵਾਰ ਸੀਗਾ ਸਾਰਾ, ਜਿਨ੍ਹਾਂ ਨੇ ਰਲ ਕੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੀ ਮੈਂ ਪਹਿਲਾਂ ਤਾਂ। ਜੀ ਮੂਵੀ ਦਾ ਇੱਕ ਡਾਇਲੋਗ ਹੋਇਆ, ਆਪਾਂ ਸਕਰੀਨਿੰਗ 'ਤੇ ਵੀ ਦੇਖਾਂਗੇ ਜਾ ਕੇ, ਇੱਕ ਡਾਇਲੋਗ ਹੋਇਆ ਛੋਟਾ ਜਿਹਾ ਮੂਵੀ ਦਾ? ਡਾਇਲੋਗ ਕਾਫੀ ਡਾਇਲੋਗ ਬੋਲਿਆ ਜੀ ਹੁਣ ਮੈਂ। ਠੀਕ ਹੈ ਜੀ, ਅਸੀਂ ਇੱਕ ਡੀਲ ਕਰਨ ਜਾਂਦੇ ਹਾਂ, ਉੱਥੇ ਇੱਕ ਡਾਇਲੋਗ ਉਹ ਬੋਲ ਦਿੰਦਾ, ਉਹ ਚਾਚਾ ਇੰਨਾ ਨਹੀਂ ਸੋਚੀਦਾ ਹੁੰਦਾ, ਉਹ ਇੰਨਾ ਸੋਚੇਗਾ ਤਾਂ ਦਿਮਾਗ ਦੀ ਨਾਲੀ ਪਾੜ ਜਾਂਦੀ ਆ। ਤੁਸੀਂ ਸਾਨੂੰ ਸਾਈ ਦਿਓ, ਅਸੀਂ ਬਸ ਸਮਾਨ ਲੈ ਕੇ ਪਹੁੰਚੇ ਬਸ, ਅਤੇ ਮੇਰੀ ਗੱਲ ਸੁਣੋ, ਆਪਣੇ ਪ੍ਰਾਹੁਣਿਆਂ ਨੂੰ ਫੜ ਕੇ ਪਾ ਲਿਓ, ਐਵੇਂ ਨਾ ਕਿਤੇ ਰੁਪਈਏ ਦੀ ਭਾਨ ਵਾਂਗੂ ਖੜਦੇ ਫਿਰਨ। ਵਧੀਆ ਭਾਅ ਜੀ, ਡੀਲ ਮੈਨੂੰ ਲੱਗਦਾ ਮੈਂ ਡਨ ਕਰਕੇ ਤੁਰੇ ਹੋਊਂਗੇ, ਇੰਨੇ ਕੋਨਫੀਡੈਂਸ ਨਾਲ ਗੱਲ ਕੀਤੀ। ਹਾਂਜੀ ਹਾਂਜੀ, ਡੀਲ ਡਨ ਕਰਕੇ ਤੁਰੇ ਹਾਂ, ਅਤੇ ਬਹੁਤ ਵਧੀਆ ਜਿਹੜਾ ਤਜਰਬਾ ਰਿਹਾ ਫਿਲਮ ਦਾ। ਸਾਡੇ ਸੀਨੀਅਰਸ ਜਿੰਨੇ ਨਾਲ ਵੀ ਮੈਂ ਕੰਮ ਕੀਤਾ, ਪ੍ਰਾਊਡ ਫੀਲ ਕਰਦਾ, ਉਹਨਾਂ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ, ਸੋ ਚੰਗਾ ਲੱਗਿਆ ਜੀ। ਭਾਅ ਜੀ ਬੈਸਟ ਆਫ ਲੱਕ ਆ ਸਾਰੇ ਪ੍ਰੋਜੈਕਟਸ ਲਈ, ਅਤੇ ਆਪਾਂ ਸਕਰੀਨਿੰਗ 'ਤੇ ਤੁਹਾਡੇ ਨਾਲ ਮੂਵੀ ਇੰਜੋਏ ਕਰਦੇ ਹਾਂ, ਚੱਲਦੇ ਹਾਂ। ਥੈਂਕ ਯੂ। ਓਕੇ ਸਰ, ਵੈਲਕਮ। ਅਤੇ ਸਕਰੀਨਿੰਗ 'ਤੇ ਸਾਨੂੰ ਮਿਲਿਆ ਜੀ ਫਿਲਮ ਦੇ ਕਰਤਾਧਰ ਦਾ ਪ੍ਰੋਡਿਊਸਰ ਸਾਹਿਬ ਯੁਵਰਾਜ ਭਾਜੀ। ਭਾਜੀ ਕੀ ਹਾਲ ਚਾਲ ਆ, ਫਿਲਮ ਫਾਈਨਲੀ ਰਿਲੀਜ਼ ਹੋ ਚੁੱਕੀ ਆ, ਕਾਫੀ ਅੱਛੇ ਰਿਵਿਊਜ਼ ਆ ਰਹੇ ਆ ਸਾਰੇ ਪੰਜਾਬ ਤੋਂ ਵੀ, ਓਵਰਸੀਜ਼ ਵੀ, ਕਿਹੋ ਜਿਹਾ ਲੱਗ ਰਿਹਾ? ਪਹਿਲਾਂ ਤਾਂ ਮੇਰੀ ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ ਅਤੇ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ, ਮਿਹਨਤ ਕੀਤੀ ਸੀਗੀ ਅਤੇ ਮਿਹਨਤ ਦਾ ਫਲ ਤੁਸੀਂ ਵੇਖ ਰਹੇ ਹੋ, ਕਾਫੀ ਅੱਛਾ ਰਿਸਪੌਂਸ ਮਿਲਿਆ ਵਾ। ਇੰਡੀਆ ਪੰਜਾਬ ਤਾਂ ਮਿਲਿਆ ਹੀ ਮਿਲਿਆ, ਓਵਰਸੀਜ਼ ਦਾ ਵੀ ਕਾਫੀ ਅੱਛਾ ਹਾਊਸਫੁੱਲ ਜਾ ਰਹੇ ਨੇ, ਅਤੇ ਉਮੀਦ ਤੋਂ ਵੱਧ ਰਿਸਪੌਂਸ ਮਿਲ ਰਿਹਾ ਸਾਨੂੰ, ਅਤੇ ਕੰਟੈਂਟ ਨਵਾਂ ਕੰਟੈਂਟ ਸੀਗਾ, ਫਰੈਸ਼ ਸੀਗਾ, ਅਤੇ ਲੋਕਾਂ ਨੇ ਬਹੁਤ ਪਸੰਦ ਕੀਤਾ। ਅਤੇ ਤੁਹਾਡੇ ਇੱਕ ਡਰ ਹੁੰਦਾ, ਮਤਲਬ ਜਿੱਦਾਂ ਅੱਜ 27 ਤਰੀਕ ਨੂੰ ਫਿਲਮ ਰਿਲੀਜ਼ ਹੋਣੀ ਸੀਗੀ, ਮੈਂ ਕਹਿੰਦਾ ਵੀ 24-25-26 ਥੋੜ੍ਹੀ ਔਖੀਆਂ ਲੰਘੀਆਂ ਹੋਣਗੀਆਂ। ਨਹੀਂ ਜੀ, ਮੈਂ ਤੁਹਾਨੂੰ ਅੱਜ ਫਰੈਂਕਲੀ ਇੱਕ ਚੀਜ਼ ਦੱਸਦਾ ਜੀ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਸ ਦਿਨ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀ ਨਾ, ਅਸੀਂ ਪਹਿਲੇ ਦਿਨ ਤੋਂ ਹੀ ਬਹੁਤ ਕੌਨਫੀਡੈਂਟ ਸੀਗੇ ਕਿ ਸਾਨੂੰ ਪਤਾ ਸੀਗਾ ਸਾਡਾ
ਤੇ ਲਗਭਗ ਅਸੀਂ ਮੈਨੂੰ ਲੱਗਦਾ ਹੁਣ ਤੁਹਾਡੇ ਸਾਹਮਣੇ ਰੁਝਾਅ ਤੁਹਾਡੇ ਕੋਲ ਰਿਵਿਊਜ਼ ਆ ਹੀ ਰਹੇ ਨੇ ਤੇ ਲੋਕਾਂ ਨੇ ਸਵੀਕਾਰ ਕਰ ਲਿਆ ਜੀ ਤੁਹਾਡਾ ਕੰਟੈਂਟ। ਥੈਂਕ ਯੂ ਸੋ ਮੱਚ ਅਤੇ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਇਸ ਪ੍ਰੋਜੈਕਟ ਲਈ ਅਤੇ ਅਸੀਂ ਇਹੀ ਦੁਆ ਕਰਦੇ ਹਾਂ ਕਿ ਤੁਸੀਂ ਇੱਦਾਂ ਦੇ ਵਧੀਆ ਵਧੀਆ ਪ੍ਰੋਜੈਕਟ ਸਾਡੇ ਪੰਜਾਬੀ ਸਿਨੇਮੇ ਲੈ ਕੇ ਆਉਂਦੇ ਰਹੋ, ਕਿਉਂਕਿ ਫਿਲਮਾਂ ਤਾਂ ਬਹੁਤ ਬਣ ਰਹੀਆਂ ਪਰ ਇੱਕ ਵੱਖਰੀ ਸ਼ੇਡ ਤੋਂ ਹਟ ਕੇ ਕੰਮ ਕਰਨਾ ਉਹ ਇੱਕ ਚੈਲੇਂਜਿੰਗ ਹੁੰਦਾ ਅਤੇ ਉਸ ਤੁਸੀਂ ਚੈਲੇਂਜ ਨੂੰ ਅਸੈਪਟ ਕੀਤਾ ਅਤੇ ਅੱਜ ਉਹ ਚੈਲੇਂਜ ਕੰਪਲੀਟ ਵੀ ਹੋ ਗਿਆ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਤੁਹਾਨੂੰ। ਦੂਰਬੀਨ ਦੀ ਸਕਰੀਨਿੰਗ ਦਾ ਸਾਨੂੰ ਪ੍ਰੋਡਿਊਸਰ ਸਾਹਿਬ ਮਿਲ ਗਿਆ ਜੀ, ਇਹਨਾਂ ਦੇ ਚਿਹਰੇ 'ਤੇ ਜਿਹੜਾ ਗਲੋ ਦੱਸ ਰਿਹਾ ਵੀ ਇਹਨਾਂ ਨੂੰ ਜਿਹੜੇ ਰਿਵਿਊਜ਼ ਮਿਲ ਰਹੇ ਆ ਬਹੁਤ ਅੱਛੇ ਮਿਲ ਰਹੇ ਆ, ਤਾਂ ਭਾਅ ਜੀ ਕਿਹੋ ਜਿਹਾ ਮਹਿਸੂਸ ਹੋ ਰਿਹਾ? ਬਹੁਤ ਵਧੀਆ ਮਹਿਸੂਸ ਹੋ ਰਿਹਾ ਕਿਉਂਕਿ ਅਸੀਂ ਸਾਰੇ ਭਰਾਵਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਸਾਨੂੰ ਲਗਭਗ 9 ਤੋਂ 10 ਮਹੀਨੇ ਹੋ ਗਏ ਆ ਇਸ ਪ੍ਰੋਜੈਕਟ 'ਤੇ ਕੰਮ ਕਰਦਿਆਂ ਅਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਅੱਜ, ਬਹੁਤ ਮਜ਼ਾ ਆ ਰਿਹਾ। ਹਾਂਜੀ, ਬਸ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ, ਸੰਗਤ ਦਾ ਪਿਆਰ ਮਿਲ ਰਿਹਾ ਵਾ, ਆਜ਼ਾਦ ਪਰਿੰਦੇ ਫਿਲਮ ਸਧਾਰੀ ਨਹੀਂ ਰਹੂਗੀ ਪੰਜਾਬ ਦੀ। ਅਤੇ ਜਿੱਦਾਂ ਅਸੀਂ ਆਪਣੇ ਪ੍ਰੋਜੈਕਟ ਪਹਿਲੇ ਵਿੱਚੋਂ ਕਿਹਾ ਵੀ 20% ਆਪਾਂ ਹੜ੍ਹ ਪੀੜਿਤ ਪਰਿਵਾਰਾਂ ਨੂੰ ਜਿਹੜਾ ਡੋਨੇਟ ਕਰਨਾ ਵਾ, ਇਹ ਮੇਰੇ ਅਗਲੇ ਪ੍ਰੋਜੈਕਟ ਤੋਂ ਉੱਤੋਂ ਵੀ ਨਾ ਪੰਜਾਬ ਦੇ ਹਿੱਤਾਂ ਵਾਸਤੇ ਕੁਛ ਨਾ ਤਿਲ ਫੁੱਲ ਹਮੇਸ਼ਾ ਰਹੂਗਾ। ਇਹੀ ਆਪਣਾ ਜੀ, ਬਸ ਮੈਂ ਪ੍ਰੈਸ ਮੀਡੀਆ ਦਾ ਬਹੁਤ ਬਹੁਤ ਰਿਣੀ ਹਾਂ ਤੁਹਾਡਾ ਸਾਰਿਆਂ ਦਾ, ਇੰਨੀ ਸਪੋਰਟ ਕੀਤੀ, ਅਸੀਂ ਇੰਨੇ ਜੋਗੇ ਨਹੀਂ ਸੀ ਜਿੱਥੇ ਤੁਸੀਂ ਲੈ ਕੇ ਆਏ। ਧੰਨਵਾਦ। ਥੈਂਕ ਯੂ। ਭਾਅ ਜੀ ਤੁਸੀਂ ਕੀ ਕਹਿੰਦੇ? ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੋਹਣੀ ਮੂਵੀ ਆ ਜੀ, ਦੂਰਬੀਨ ਫੈਮਿਲੀ ਮੂਵੀ ਆ, ਸਾਰੇ ਜਾਣੇ ਛੋਟੇ ਛੋਟੇ ਬੱਚਿਆਂ ਨੂੰ ਨਾਲੇ ਜਿੰਨਾ ਫੈਮਿਲੀ ਦਾ ਪਰਿਵਾਰ ਮੈਂਬਰ ਜਾਓ ਨਾਲੇ ਦੋਸਤਾਂ ਨੂੰ ਦੱਸੋ। ਬਹੁਤ ਸੋਹਣੀ, ਬੜੇ ਚਿਰ ਬਾਅਦ ਇੱਕ ਡਿਫਰੈਂਟ ਮੂਵੀ ਆਈ ਆ ਜੀ, ਬੜੀ ਵਧੀਆ ਪੰਜਾਬੀ ਮੂਵੀ, ਪੰਜਾਬੀਆਂ ਦੇ ਉੱਪਰ ਪੰਜਾਬੀ ਮੂਵੀ। ਪਲੀਜ਼ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ। ਲਵ ਯੂ, ਜ਼ਰੂਰ ਜਾਓ ਜੀ, ਲਵ ਯੂ। ਓਕੇ, ਦੂਰਬੀਨ ਫਿਲਮ ਦੀ ਸਕਰੀਨਿੰਗ 'ਤੇ ਪਹੁੰਚੇ ਆ ਜੀ ਬੈਨਟ ਦੋਸਾਜ, ਫਸਟ ਰਾਈਜ਼ਿੰਗ ਸਟਾਰ ਆਫ ਇੰਡੀਆ। ਭਾਅ ਜੀ ਪਹਿਲਾਂ ਤਾਂ ਕਿੱਦਾਂ ਦਾ ਲੱਗ ਰਿਹਾ? ਵੈਸੇ ਤਾਂ ਪ੍ਰਮੋਸ਼ਨਲ ਟੂਰ ਦੇ ਉੱਤੇ ਤੁਸੀਂ ਬਹੁਤ ਲਕਾਰੇ ਮਾਰੇ, ਬੱਗੇ ਮਾਰੇ, ਦੇਖ ਰਹੇ ਤੁਹਾਡੀਆਂ ਵੀਡੀਓਜ਼, ਬਸ ਗਲੇ ਬੈਠੇ ਪਏ ਆ, ਤੁਹਾਨੂੰ ਪਤਾ ਲੱਗੇ ਜਾਣਾ। ਅਤੇ ਬਹੁਤ ਅੱਛੀ ਪ੍ਰਮੋਸ਼ਨ ਰਹੀ ਆ ਔਰ ਅੱਜ ਫਾਈਨਲ ਕਹਿੰਦੇ ਅੱਜ ਰਿਜ਼ਲਟ ਦਾ ਦਿਨ ਹੈ ਅਤੇ ਬਹੁਤ ਅੱਛਾ ਰਿਜ਼ਲਟ ਆਇਆ। ਮੈਂ ਸੁਣਿਆ ਕਹਿੰਦੇ ਹਾਊਸਫੁੱਲ ਜਾ ਰਹੇ ਹਾਂ ਅਤੇ ਦੂਰਬੀਨ ਫਿਲਮ ਸਾਡੇ ਲਈ ਬਹੁਤ ਐਕਸਾਈਟਡ ਹੈ ਕਿਉਂਕਿ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਸਾਡੇ ਵੱਡੇ ਭਾਅ ਜੀ ਨਿੰਜਾ ਵੀਰਾ, ਜਸ ਬਾਜਵਾ, ਜੈਸਮੀਨ, ਬੋਮਿਕਾ, ਸਾਰਿਆਂ ਨੇ ਬਹੁਤ ਮਤਲਬ ਪਿਆਰ ਦੇ ਨਾਲ, ਅਸੀਂ ਸਾਰਿਆਂ ਨੇ ਇਕੱਠਿਆਂ ਨੇ, ਆਤਿਸ਼ ਹੋ ਗਿਆ ਆਪਣੇ, ਗੁਰਜਸ ਹੋ ਗਿਆ ਵੀਰਾ ਅਤੇ ਅਫਸਾਨਾ ਜੀ ਔਰ ਨਾਲ ਮੇਰਾ ਨਵਾਬ ਵੀਰਾ, ਸਾਰੇ ਅਸੀਂ ਇਕੱਠੇ ਮਤਲਬ ਰਹੇ ਹਾਂ ਸਾਰੇ 4-5 ਦਿਨ। ਬਹੁਤ ਫਨ ਕੀਤਾ, ਇੱਦਾਂ ਲੱਗਦਾ ਇੱਕਦਾਂ ਕਾਲਜ ਲਾਈਫ ਰਿਪੀਟ ਹੋ ਗਈ ਹੁੰਦੀ ਨਾ, ਅਤੇ ਬਹੁਤ ਮਜ਼ਾ ਆਇਆ ਅਤੇ ਅੱਜ ਵੀ ਮਜ਼ਾ ਆਉਣ ਵਾਲਾ ਬਿਲਕੁਲ। ਬਾਕੀ ਆਡੀਅੰਸ ਦਾ ਆਪਾਂ ਰਿਵਿਊ ਚੈੱਕ ਕਰਦੇ ਹਾਂ ਕਿੱਦਾਂ ਹੋਣਾ, ਆਪਾਂ ਫਿਲਮ ਦੇਖਦੇ ਹਾਂ ਇਕੱਠੇ ਅਤੇ ਉਦੋਂ ਬਾਅਦ 'ਚ ਦੁਬਾਰਾ ਕਰਦੇ ਹਾਂ ਗੱਲਬਾਤ। ਵੈਸੇ ਮੈਨੂੰ ਨਾਂ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿ ਆਪਾਂ ਹੁਣ ਕਿਹਨਾਂ ਦੇ ਨਾਲ ਗੱਲਬਾਤ ਕਰਨ ਲੱਗੇ, ਚਿਹਰੇ ਹੀ ਬੋਲਦੇ ਆ ਅਤੇ ਇਹਨਾਂ ਦੀ ਆਵਾਜ਼ਾਂ ਹੀ ਬੋਲਦੀਆਂ, ਕਿਹੋ ਜਿਹਾ ਲੱਗ ਰਿਹਾ ਜੀ ਪਹੁੰਚ ਕੇ ਸਕਰੀਨ? ਇਨਸ਼ਾਅੱਲਾ ਬਹੁਤ ਅੱਛਾ ਜੀ, ਬਹੁਤ ਅੱਛਾ ਔਰ ਸਾਰੇ ਟੈਲੈਂਟਡ ਆਰਟਿਸਟ ਨੇ ਸਾਰੇ, ਇਨਸ਼ਾਅੱਲਾ ਬੈਸਟ ਆਫ ਲੱਕ ਸਾਰੀ ਟੀਮ। ਬਹੁਤ ਅੱਛਾ ਲੱਗ ਰਿਹਾ, ਬਹੁਤ ਦਿਨਾਂ ਦੀ ਮਿਹਨਤ ਹੈ ਇਸ ਦੂਰਬੀਨ ਮੂਵੀ ਦੀ ਸਾਰੀ ਟੀਮ ਦੀ, ਅਤੇ ਅੱਜ ਵਾਹਿਗੁਰੂ ਰੰਗ ਲਾਉਣ ਅਸੀਂ ਇਹ ਸਾਰੇ ਦੁਆ ਕਰਦੇ ਔਰ ਬੈਸਟ ਵਿਸ਼ਿਸ਼ ਦੇਣ ਲਈ ਆਏ ਹੋਏ। ਅਤੇ ਬੈਨਰ ਸਾਹਿਬ ਕਹਿੰਦੇ ਵੀ ਇਹਨਾਂ ਨੇ ਮੇਰੇ ਨਾਲ ਬਹੁਤ ਮੁਕਾਬਲਾ ਕੀਤਾ ਪ੍ਰਮੋਸ਼ਨਲ ਟੂਰ ਦੇ ਉੱਤੇ, ਅਸੀਂ ਇਕੱਠੇ ਗਾਉਂਦੇ ਰਹੇ, ਇਹ ਕਹਿੰਦੇ ਦਿਲ ਲੱਗੀ ਕਦੇ ਇਹ ਉੱਪਰ ਕਰਦੇ ਸੀ ਕਦੇ ਮੈਂ ਕਰਦਾ, ਇਹ ਸਾਡਾ ਮੁਕਾਬਲਾ ਚੱਲਦਾ ਆ ਰਿਹਾ ਰਾਈਜ਼ਿੰਗ ਸਟਾਰ ਤੋਂ। ਸੋ ਬਹੁਤ ਅੱਛਾ ਲੱਗਦਾ, ਇੱਦਾਂ ਹੀ ਬੰਦਾ ਸਾਰੇ ਮਤਲਬ ਗਾ ਗਾ ਕੇ ਸਿੱਖਦੇ ਹਾਂ ਅਸੀਂ ਇੱਕ ਦੂਜੇ ਤੋਂ, ਬਹੁਤ ਅੱਛਾ ਲੱਗਦਾ। ਬਹੁਤ ਵਧੀਆ, ਇੱਕ ਵਾਰੀ ਫਿਰ ਇਕੱਠੇ ਹੋਏ ਹਾਂ ਸਾਰੇ, ਅੱਜ ਵੀ ਬਹੁਤ ਮਜ਼ਾ ਆਉਣ ਵਾਲਾ, ਸਾਰਾ ਪ੍ਰਮੋਸ਼ਨ ਰੂਲ 'ਤੇ ਵੀ ਵਧੀਆ ਜੀ, ਸਾਰਾ ਕੈਂਡ ਹੋਣ ਵਾਲਾ। ਠੀਕ ਆ, ਬਸ ਸਕਰੀਨਿੰਗ ਤੋਂ ਬਾਅਦ ਮਿਲਦੇ ਹਾਂ ਜੀ। ਥੈਂਕ ਯੂ ਸੋ ਮੱਚ ਭਾਈ ਜੀ, ਗੋਡ ਬਲੈਸ। ਅਤੇ ਇੰਦਰਜਾਲ ਅਤੇ ਨਿੰਜਾ ਵੀਰਾ ਸਾਡੇ ਨਾਲ ਆ ਜੀ, ਅਤੇ ਸ਼ਿੰਦੇ ਭਾਅ ਜੀ ਦੋ ਕੰਮ ਨਜਾਇਜ਼ ਕਰ ਰਹੇ ਹੋ, ਇੱਕ ਤੁਸੀਂ ਕੁੜੀ ਵਿੱਚ ਘੁੰਮ ਜਾਂਦੇ ਹੋ, ਕੋਈ ਦਾਰੂ ਕੱਢੀ ਜਾਂਦੇ ਆ, ਡਰ ਨਹੀਂ ਲੱਗ ਰਿਹਾ? ਨਹੀਂ, ਡਰ ਤਾਂ ਦੇਖੋ ਐਕਚੁਲੀ ਕੁਛ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਦੋਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਧੱਕਾ ਹੋਇਆ ਹੁੰਦਾ ਤਾਂ ਉਹ ਡਰ ਖਤਮ ਹੋ ਜਾਂਦਾ ਹੁੰਦਾ, ਜੋ ਅਸੀਂ ਇਸ ਫਿਲਮ ਦੇ ਵਿੱਚ ਅਸੀਂ ਦਿਖਾਉਣਾ ਚਾਹੁੰਦੇ ਹਾਂ ਵੀ ਜਿਸ ਹਿਸਾਬ ਨਾਲ ਜੋ ਇੰਟਰਵਲ ਮਤਲਬ ਕਲਾਈਮੈਕਸ ਦੇ ਉੱਤੇ ਪਤਾ ਲੱਗੂਗਾ, ਅਤੇ ਐਜ਼ ਐਨ ਇੰਟਰਵਲ ਤੱਕ ਹਜੇ ਤੱਕ ਬਹੁਤ ਸੋਹਣਾ ਰਿਸਪੋਂਸ ਆ ਰਿਹਾ ਤੁਹਾਡਾ ਵੀ ਔਰ ਤੁਸੀਂ ਬਹੁਤ ਸਾਰੀ ਸਪੋਰਟ ਕਰ ਰਹੇ ਹੋ, ਮੈਨੂੰ ਉਮੀਦ ਆ ਵੀ ਇਹ ਸਾਡੀ ਕੀਤੀ ਕੋਸ਼ਿਸ਼ ਬਹੁਤ ਰੰਗ ਲਿਆਊਗਾ। ਹਾਂਜੀ, ਕਿੱਦਾਂ ਲੱਗੀ ਹਾਲੇ ਤੱਕ? ਬਹੁਤ ਸੋਹਣੀ ਮੂਵੀ ਹੈ ਜੀ, ਮੈਂ ਅਜੇ ਇੰਟਰਵਲ ਤੱਕ ਪਹੁੰਚਿਆ ਅਤੇ ਆਪਾਂ ਲਾਸਟ 'ਤੇ ਦੱਸ ਦਿਓ ਤੁਹਾਨੂੰ ਕਿੰਨਾ ਦਿਨ। ਦਿਲ ਤਾਂ ਨਹੀਂ ਕਰਦਾ ਨਿੰਜੇ ਭਾਈ ਵਾਂਗੂ, ਤੁਸੀਂ ਵੀ ਚੱਲ ਜਾਓ ਵਿੱਚ। ਨਹੀਂ ਬਾਈ, ਬੁਰਾ ਹੈ ਮੈਨੂੰ, ਅਸੀਂ ਕੱਲ੍ਹ ਪਰਸੋਂ ਇਕੱਠੇ ਸੀ ਫਲਾਈਟ, ਬਾਈ ਨੇ ਕਿਹਾ ਮੂਵੀ ਦੇ ਆਇਓ ਤਾਂ ਮੈਂ ਜ਼ਰੂਰ ਆਇਆ। ਥੈਂਕ ਯੂ ਸੋ ਮੱਚ, ਲੱਗ ਰਿਹਾ ਮੂਵੀ ਨੂੰ ਬਹੁਤ ਰਿਸਪੋਂਸ ਮਿਲ ਰਿਹਾ, ਬੈਸਟ ਆਫ ਲੱਕ ਵੀ ਇੰਜੋਏ ਕਰਨਾ। ਔਰ ਮੈਂ ਫੈਮਿਲੀਜ਼ ਨੂੰ ਇੱਕ ਅਪੀਲ ਕਰਦਾ ਵੀ ਸਾਰੇ ਜਣੇ ਜ਼ਰੂਰ ਦੇਖਿਓ ਕਿਉਂਕਿ ਇੱਕ ਫੈਮਿਲੀ ਮੂਵੀ ਆ ਔਰ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ। ਮੇਨ ਗੱਲ ਇਹ ਵੀ ਜਿੱਦਾਂ ਅਨਾਊਂਸ ਕੀਤਾ ਹੋਇਆ ਕਿ ਵੀ 20% ਤੁਸੀਂ ਫਲੱਡ ਨੇਸ਼ਨਸ ਨੂੰ ਦੇਣਾਗੇ ਅਤੇ ਉਹ ਛੋਟ ਜੀ, ਉਹ ਵੀ ਅਪੀਲ ਮੈਂ ਉਹ ਇਹੀ ਅਪੀਲ ਆ ਜੀ, ਇਹੀ ਇੱਕ ਬੇਨਤੀ ਹੈ ਕਿਉਂਕਿ ਜਿਹੜਾ ਅਸੀਂ 20% ਸਾਡਾ ਦਾ ਪ੍ਰੋਫਿਟ ਆ ਉਹ ਅਸੀਂ ਖਾਲਸਾ ਸਾਈਡ ਨੂੰ ਦੇ ਰਹੇ ਹਾਂ ਔਰ ਸੱਚੇ ਪਾਤਸ਼ਾਹ ਵਾਹਿਗੁਰੂ
ਪਰਮਾਤਮਾ ਨੇ ਦਿਲ ਲਿਆਂਦਾ ਤੇ ਅਸੀਂ ਦੇਖਿਆ। ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਮੁੰਡੇ ਨੂੰ ਦੇਖ ਕੇ ਜਿੱਡੀ ਵੱਡੀ ਸਿੱਖ? ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਸਾਡਾ ਬੱਚਾ ਇੰਨੇ ਵੱਡੇ ਮੁਕਾਮ ਤੇ ਪਹੁੰਚਿਆ ਹੈ। ਭਾਜੀ ਛੋਟਾ ਹੁੰਦਾ ਹੀ ਗਾਉਂਦਾ ਹੁੰਦਾ ਸੀਗਾ ਜੀ, ਤੁਹਾਨੂੰ ਤਾਂ ਜ਼ਿਆਦਾ ਪਤਾ ਹੋਊਗਾ। ਹਾਂਜੀ ਬਿਲਕੁਲ ਗਾਉਂਦਾ ਸੀ ਜੀ, ਰਿਕਾਰਡਿੰਗ ਕਰਦਾ ਸੀ, ਮੇਰੀਆਂ ਕੈਸਟਾਂ ਦੀ ਦੁਕਾਨ ਸੀ, ਸ਼ੋਪ ਸੀਗੀ, ਉਹਦੇ ਨਾਲ ਫਿਰ ਉਹਦਾ ਇੰਟਰਸਟ ਵੱਧ ਗਿਆ। ਪਾਪਾ ਨੇ ਕਦੇ ਇਹਨਾਂ ਨੂੰ ਰੋਕਿਆ ਨਾ? ਤਾਂ ਰੋਕਿਆ ਤਾਂ ਨਹੀਂ ਸੀਗਾ ਵੀ ਪਤਾ ਤੂੰ ਕਿੱਦਾਂ ਹੀ ਗਈ ਜਾਂਦਾ? ਆਪਾਂ ਇਸ ਗੱਲ ਨੂੰ ਨਹੀਂ ਸੀ ਰੋਕਿਆ, ਲੇਕਿਨ ਬਾਹਰ ਜਾਣ ਤੋਂ ਰੋਕਦੇ ਹੁੰਦੇ ਸੀ ਵੀ ਕਿਤੇ ਬਾਹਰ ਨਹੀਂ ਜਾਣਾ, ਘਰ ਦੇ ਵਿੱਚ ਜੋ ਮਰਜ਼ੀ ਕਰ, ਸ਼ੋਪ ਦੇ ਵਿੱਚ ਜੋ ਆਪਣੇ ਸ਼ੌਕ ਨਾਲ ਜੋ ਕਰਦਾ ਸੀ ਕਰੀ ਜਾਂਦਾ ਸੀ। ਮੈਨੂੰ ਕੋਈ ਹੋਰ ਆਦਤ ਦੱਸੋ, ਇੱਕ ਤਾਂ ਨਿੰਜੇ ਭਾਈ ਨੂੰ ਗਾਉਣ ਦੀ ਬਹੁਤ ਆਦਤ ਸੀਗੀ ਛੋਟੇ ਹੁੰਦੇ ਦੀ, ਕੋਈ ਹੋਰ ਆਦਤ ਦੱਸੋ ਵੀ ਮੁੰਡਾ ਜਿੱਦੀ ਸੀਗਾ ਜਾਂ ਸਾਊ ਸੀ? ਕਿਤੇ ਜਿੱਦੀ ਸੀ। ਕੀ ਦੀ ਜਿੱਦ ਕਰਦੇ ਹੁੰਦੇ ਸੀ? ਬਸ ਜਿਹੜੀ ਵੀ ਗੱਲ ਕਹਿ ਦੇਣੀ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਬਹੁਤ। ਫਾਈਨਲੀ ਜੀ ਇੱਕੋ ਗੱਲ ਆ ਵੀ ਮੋਗਾ ਸਰਪੰਚ ਜਿੰਦਾਬਾਦ ਤੇ ਮੋਗਾ ਸਰਪੰਚ ਜਿੰਦਾਬਾਦ, ਸਰ ਜਿੰਦਾਬਾਦ ਜਿੰਦਾਬਾਦ ਕਰ ਦਿੱਤੀ ਤੁਸੀਂ ਪੂਰੀ? ਮੈਂ ਕੋਸ਼ਿਸ਼ ਕੀਤੀ ਇਸ ਕੈਰੈਕਟਰ ਨੂੰ ਨਿਭਾਉਣ ਦੀ, ਬੜਾ ਡਿਫਿਕਲਟ ਕੈਰੈਕਟਰ ਸੀਗਾ ਜਦ ਮੈਂ ਸੁਣਿਆ, ਪਰ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਸੀ ਵੀ ਇਹਨੂੰ ਕਿਸ ਤਰ੍ਹਾਂ ਪੇਸ਼ ਕੀਤਾ ਜਾਏ। ਤਾਂ ਮੈਂ ਇੱਕੋ ਗੱਲ ਡਾਇਰੈਕਟਰ ਸਾਹਿਬ ਨੂੰ ਅਤੇ ਰਾਈਟਰ ਸਾਹਿਬ ਨੂੰ ਕਹੀ ਸੀ, ਮੈਂ ਕਿਹਾ ਜੀ ਤੁਸੀਂ ਮੈਨੂੰ ਖੁੱਲ੍ਹਾ ਛੱਡ ਦਿਓ, ਮੇਰੇ ਜੋ ਮਨ 'ਚ ਆਉਂਦਾ ਮੈਂ ਕਰਦਾ, ਤੁਸੀਂ ਦੇਖੋ ਮੈਂ ਕਿੱਦਾਂ ਕਰਦਾ। ਤਾਂ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ। ਐਕਚੁਲੀ ਇਹ ਕੈਰੈਕਟਰ ਤੁਸੀਂ ਤਾਂ ਹੀ ਕਰ ਸਕਦੇ ਹੋ ਜੇ ਤੁਸੀਂ ਤੁਹਾਡੀ ਬਾਇੰਡਿੰਗ ਨਾ ਹੋਵੇ, ਉਹਨਾਂ ਦੀ ਸਪੋਰਟ ਤੋਂ ਬਗੈਰ ਸ਼ਾਇਦ ਇੰਨੀ ਅੱਛੀ ਪਰਫੋਰਮੈਂਸ ਨਹੀਂ ਸੀ ਹੋ ਸਕਦੀ। ਸੋ ਉਹਨਾਂ ਨੂੰ ਕਿ ਜੋ ਤੁਹਾਡਾ ਦਿਲ ਕਰਦਾ ਕਰੋ, ਜਿੱਦਾਂ ਦੇ ਐਕਸਪ੍ਰੈਸ਼ਨ ਤੇ ਕਰੋ। ਸੋ ਆਈ ਥਿੰਕ ਉਹਨਾਂ ਦੀ ਸਪੋਰਟ ਨਾਲੇ ਬੜਾ ਅੱਛਾ ਕਰੈਕਟਰ ਹੋਇਆ। ਸਰ ਜੇ ਆਪਾਂ ਗੱਲ ਕਰੀਏ ਸ਼ਰਾਬੀ ਦਾ ਕਰੈਕਟਰ, ਜੇ ਆਪਾਂ ਵਰਡ ਸ਼ਰਾਬੀ ਯੂਜ਼ ਕਰੀਏ, ਉਹ ਨੋਰਮਲੀ ਬੰਦੇ ਨੇ ਕਰਨਾ ਵੈਸੇ ਕਾਫੀ ਚੈਲੰਜਿੰਗ ਹੁੰਦਾ ਨਾ, ਕਿਉਂਕਿ ਬਹੁਤ ਜ਼ਿਆਦਾ ਐਨਰਜੀ ਅਤੇ ਇੱਕ ਮੈਂਟਲੀ ਡਿਸੇਬਲ ਆਪਣੇ ਆਪ ਨੂੰ ਕਰਨਾ? ਆਈ ਥਿੰਕ ਜਿਹੜੀ ਤੁਸੀਂ ਗੱਲ ਕਹੀ ਹੈ, ਇਸ ਕਰੈਕਟਰ ਨਿਭਾਉਣ ਵਾਸਤੇ, ਉਸ ਜ਼ੋਨ 'ਚ ਰਹਿਣ ਵਾਸਤੇ ਮੇਰਾ ਕਈ ਵਾਰੀ ਸਿਰ ਦੁਖਣ ਲੱਗ ਜਾਂਦਾ ਸੀ, ਔਰ ਮੈਂ ਕਈ ਵਾਰੀ ਸ਼ਾਮ ਨੂੰ ਕਾਫੀ ਮੈਨੂੰ ਕਰੋ ਸੀਨ ਜਾਂ ਦੂਜੀਆਂ, ਬਿਕੋਜ਼ ਉਹ ਤੁਹਾਡੀ ਇੰਟੈਂਸਿਟੀ ਇੰਨੀ ਲੱਗਦੀ ਹੈ ਨਾ ਜਦ ਤੁਸੀਂ ਇਹੋ ਜਿਹੇ ਕਰੈਕਟਰ ਕਰਦੇ ਹੋ, ਰੀਟੇਕਸ ਹੈ ਨਹੀਂ, ਜੇ ਤੁਸੀਂ ਰੀਟੇਕ ਕਰੋਗੇ ਤਾਂ ਕਦੇ ਵੀ ਉਹ ਐਡੀਟਿੰਗ ਦੇ ਵਿੱਚ ਜੁਆਇਨਿੰਗ ਨਹੀਂ ਹੋਊਗਾ। ਸੋ ਵਨ ਗੋ ਦੇ ਵਿੱਚ ਸਾਰਾ ਕਰੈਕਟਰ ਕਰਨਾ ਪੈ ਰਿਹਾ ਸੀ, ਔਰ ਮੈਂ ਜਿੰਨੀ ਮੇਰੀ એનર્ਜੀ ਸੀ ਮੈਂ ਸਾਰੀ ਲਾਤੀ। ਮੈਨੂੰ ਯਾਦ ਇਸ ਫਿਲਮ ਨੂੰ ਕਰਨ ਤੋਂ ਬਾਅਦ ਮੈਂ 4 ਦਿਨ ਉੱਠਿਆ ਨਹੀਂ ਸੀ, ਮੈਂ ਸੁੱਤਾ ਹੀ ਰਿਹਾ। ਸਰ ਬਹੁਤ ਸੋਹਣਾ ਕਰੈਕਟਰ ਚੱਲ ਰਿਹਾ, ਅਤੇ ਜਿੱਦਾਂ ਹੁਣ ਫਿਲਮ ਪੂਰੀ ਹੁੰਦੀ ਆਪਾਂ ਤੁਹਾਡੇ ਨਾਲ ਫੇਜ਼ ਹੋ ਜਾਣਾਂਗੇ। ਥੈਂਕ ਯੂ ਫੋਰ ਇੰਟਰਟੇਨਿੰਗ ਵਨ ਟਾਈਮ ਅਗੇਨ ਸਰ। ਥੈਂਕ ਯੂ ਸਰ। ਅਤੇ ਫਾਈਨਲੀ ਜੀ ਇਹ ਸੀਗੀ ਸਕਰੀਨਿੰਗ ਦੂਰਬੀਨ ਫਿਲਮ ਦੀ। ਤੁਸੀਂ ਦੇਖਿਆ ਸਟਾਰਕਾਸਟ ਦੇ ਸਾਰੇ ਪ੍ਰੋਡਿਊਸਰ ਡਾਇਰੈਕਟਰਸ ਕਿੰਨੇ ਐਕਸਾਈਟਡ ਸੀਗੇ ਅਤੇ ਕਿੰਨੇ ਖੁਸ਼ ਸੀਗੇ ਕਿ ਉਹਨਾਂ ਦੀ ਇਸ ਮਿਹਨਤ ਦਾ ਅੱਜ ਮੁੱਲ ਪੈ ਗਿਆ ਤੁਹਾਡੇ ਸਾਰਿਆਂ ਦੇ ਰਿਵਿਊਜ਼ ਦੇ ਨਾਲ। ਅਤੇ ਇੱਦਾਂ ਦੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਪੰਜਾਬੀ ਟੇਸ਼ਨ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।